ਅੱਜ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਤਹਿਤ ਬਕਾਪੁਰ ਫਾਟਕ ਦੇ ਨਜ਼ਦੀਕ GT ਰੋਡ ਨੂੰ ਜਾਮ ਕੀਤਾ ਗਿਆ। ਸੜਕ ਨੂੰ ਦੋਨੋਂ ਪਾਸੋਂ ਜਾਮ ਕਰਕੇ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਉਪਰੰਤ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸਨ, ਉਹਨਾਂ ਤੋਂ ਸਰਕਾਰ ਭੱਜ ਗਈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਭੁਗਤਦੇ ਹੋਏ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕਿਰਤ ਕੋਡ ਬਣਾ ਦਿੱਤੇ ਹਨ। ਆਗੂਆਂ ਨੇ ਕਿਹਾ ਹੈ ਕਿ ਸਿਰਫ ਡਰਾਈਵਰਾਂ ਨੂੰ ਹੀ ਨਹੀਂ ਨਿਸ਼ਾਨੇ ਤੇ ਲਿਆ ਗਿਆ, ਸਗੋਂ ਹਾਕਮ ਧਿਰਾਂ ਨੂੰ ਪ੍ਰਚੂਨ ਬਾਜ਼ਾਰ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਦੁਕਾਨਦਾਰਾਂ ਲਈ ਖਤਰੇ ਦੀ ਘੰਟੀ ਵੱਜ ਗਈ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਜਾਣ ਵੇਲੇ ਕੀਤੇ ਵੱਡੇ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਲੰਮਾ ਸਮਾਂ ਚੱਲੇ ਧਰਨੇ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਆਗੂ ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਪਰਮਜੀਤ ਰਧਾਵਾ, ਜਰਨੈਲ ਫਲੌਰ, ਬਲਦੀਪ ਫਲੌਰ, ਸਰਬਜੀਤ ਸੰਘਵਾਲ, ਮੇਜਰ ਫਲੌਰ, ਕੁਲਜੀਤ ਫਲੌਰ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਆਗੂ ਨਰਲੇਪ ਕੌਰ, ਕ੍ਰਿਸ਼ਨਾ ਕੁਮਾਰੀ ਆਦਿ ਹਾਜ਼ਰ ਸਨ। ਫਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ, ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਸਾਥੀ ਸ਼ਾਮਲ ਹੋਏ ਆ, ਮੇਰੇ ਵੀਰ ਕਮਲਜੀਤ ਹੋਣੀ ਜਿਹੜੀ ਅੱਜ ਰਾਜਨੀਤਿਕ ਚਰਚਾ ਕੀਤੀ ਆ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਸਾਡੇ ਨਾਲ ਜਿਹੜਾ ਆ ਉਹ ਭੇਦਭਾਵ ਹੀ ਰੱਖਿਆ ਆ, ਤੇ ਜੇ ਉਹ ਸਹੀ ਲਾਈਨਾਂ ਤੇ ਚੱਲਦੇ ਤਾਂ ਅੱਜ ਸਾਨੂੰ ਆਹ ਧਰਨੇ ਨਜ਼ਾਰੇ ਨਾ ਕਰਨੇ ਪੈਂਦੇ। ਭਗਤ ਸਿੰਘ ਦੀ ਗੱਲ ਕਰਕੇ ਗਏ ਆ, ਸ਼ਹੀਦ ਭਗਤ ਸਿੰਘ, ਰਾਮ ਗੁਰੂ, ਸੁਖਦੇਵ, ਊਧਮ ਸਿੰਘ, ਅੱਜ ਇਸ ਦੇਸ਼ ਦੇ ਅੰਦਰ ਜੇ ਅਸੀਂ ਆਜ਼ਾਦੀ ਦਾ ਨਿੱਘ ਨਾਲ ਇਸ ਦੇਸ਼ ਨੂੰ ਯਾਦ ਕਰਾਉਣ ਦੇ ਵਾਸਤੇ ਜਿਹੜਾ ਸਾਡੇ ਕੋਲ ਬਹੁਤ ਵੱਡਾ ਮਹਾਨ ਵਿਰਸਾ ਆ, ਅੱਜ ਉਹ ਅੰਗਰੇਜ਼ ਜਿਹੜਾ ਇਹ ਗੱਲ ਕਹਿੰਦਾ ਸੀ ਕਿ ਮੇਰੇ ਦੇਸ਼ ਦੇ ਵਿੱਚ ਕਿਤੇ ਸੂਰਜ ਨਹੀਂ ਛਿਪਦਾ, ਅੱਜ ਉਸ ਦੇਸ਼ ਦੇ ਅੰਦਰ ਉਹ ਜਿਹੜਾ ਅੰਗਰੇਜ਼ ਆ ਇੱਥੋਂ ਛੱਡ ਕੇ ਉਹਨੇ ਦੇਸ਼ ਜਾਣਾ ਪਿਆ, ਕਿਉਂਕਿ ਇੱਥੇ ਲੜਨ ਵਾਲੇ ਲੋਕ ਆ, ਜਦੋਂ ਇਕੱਠੇ ਹੋ ਕੇ ਲੜੇ ਆ ਤਾਂ ਇਸ ਦੇਸ਼ ਦੇ ਵਿੱਚ ਉਹਨੂੰ ਜਾਣਾ ਪਿਆ। ਇਸ ਕਰਕੇ ਹੋ ਸਕਦਾ ਇਸ ਗੱਲ ਦਾ ਭੁਲੇਖਾ, ਜਿਹੜੇ ਕਹਿੰਦੇ ਆ ਜਿਹੜੇ ਸਭ ਤੋਂ ਖਤਰਨਾਕ ਆ ਤੇ ਜਿਹਨਾਂ ਨਾਲ ਸਾਡੀ ਸਿੱਧੀ ਲੜਾਈ ਆ, ਉਹ ਕਹਿੰਦੇ ਅਸੀਂ ਰਾਮ ਰਾਜ ਲਿਆਉਣਾ, ਉਹ ਰਾਮ ਰਾਜ ਕੋਸ਼ਿਸ਼ ਦੇ ਵਿੱਚ ਜਿਹੜੇ ਸ਼ਰਾਰਤੀ ਜਿਹੜੇ ਅੰਸਰਾਂ ਲੱਗੇ ਹੋਏ ਆ, ਅੱਜ ਇੱਥੇ ਜਿੱਥੋਂ ਅਸੀਂ ਜਾ ਕੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਆਉਣ ਵਾਲਾ ਜਿਹੜਾ ਸੰਘਰਸ਼ ਆ ਉਹਦੀ ਤਿਆਰੀ ਕਰਨੀ ਆ। ਮੈਂ ਅਮਰੀਕ ਸਿੰਘ ਪ੍ਰਧਾਨ, ਜ਼ਿਲ੍ਹਾ ਜਲੰਧਰ, BK ਜੋ ਕਾਦੀਆਂ ਜਥੇਬੰਦੀ।
ਅੱਜ ਜਿਹੜਾ ਇਹ ਭਾਰਤ ਬੰਦ ਦਾ ਸੱਦਾ ਇਹ ਐਸ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਤੋਂ ਕੋਈ 25-30 ਦਿਨ ਪਹਿਲਾਂ ਦਿੱਤਾ ਗਿਆ ਸੀ। ਅੱਜ ਜਿਹੜੀਆਂ ਮੋਦੀ ਸਰਕਾਰ ਨੇ ਪਿਛਲੇ ਅੰਦੋਲਨ ਵੇਲੇ ਕੁਛ ਮੰਗਾਂ ਸਾਡੀਆਂ ਮੰਨੀਆਂ ਸੀ ਲੇਕਿਨ ਲਾਗੂ ਨਹੀਂ ਕੀਤੀਆਂ। ਅਸੀਂ ਜਦ ਤੋਂ ਬੜੇ ਡੀ ਸੀ ਸਾਹਿਬ ਨੂੰ, ਐਸ ਡੀ ਐਮ ਸਾਹਿਬ ਨੂੰ ਬੜੇ ਮੰਗ ਪੱਤਰ ਵੀ ਦੇ ਚੁੱਕੇ ਹਾਂ ਪਰ ਇਹਨਾਂ 'ਤੇ ਕੋਈ ਕੰਨ 'ਤੇ ਜੂੰ ਨਹੀਂ ਸਰ ਗਈ। ਇਸ ਕਰਕੇ ਅੱਜ ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਸਾਰਾ ਭਾਰਤ ਬੰਦ ਕੀਤਾ ਗਿਆ ਜੀ। ਦੇਖੋ ਜਿਹੜੀਆਂ ਉੱਥੇ ਜਥੇਬੰਦੀਆਂ ਮੀਟਿੰਗ 'ਚ ਗਈਆਂ ਉਹ ਦੱਸ ਸਕਦੀਆਂ ਵੀ ਮੀਟਿੰਗ ਬੇਸਿੱਟਾ ਨਿਕਲੀ ਜਾਂ ਮੀਟਿੰਗ ਸਹੀ ਹੋਈ ਆ ਔਰ ਅੱਗੇ ਟਾਈਮ ਲਿਆ ਉਹਦੇ ਵਿੱਚ ਕੀ ਹੋਊਗਾ ਉਹ ਉਹਨਾਂ ਜਥੇਬੰਦੀਆਂ ਦੱਸ ਸਕਦੀਆਂ। ਅੱਜ ਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਮੈਂ ਲਖਵਿੰਦਰ ਸਿੰਘ ਮੋਤੀਪੁਰ, ਬੀ ਕੇ ਯੂ ਰਾਜੇਵਾਲ। ਸਾਡੀ ਜਥੇਬੰਦੀ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੌਲ ਦਿੱਤੀ ਗਈ ਸੀ ਵੀ ਜਿਹੜੇ ਮੋਦੀ ਸਰਕਾਰ ਨੇ ਕਾਨੂੰਨ ਪਾਸ ਕੀਤਾ ਸੀ ਉਹਨਾਂ ਨੇ ਸਹਿਮਤੀ ਉਹਨਾਂ ਬੇਨਤੀ ਸੀ ਵੀ ਅਸੀਂ ਇਹਨਾਂ ਨੂੰ ਰੱਦ ਕਰਾਂਗੇ, ਹਜੇ ਤੱਕ ਲਾਗੂ ਉਹ ਰੱਦ ਨਹੀਂ ਕੀਤੇ ਗਏ। ਉਸ ਤਹਿਤ ਜਿਹੜਾ ਸਾਡੇ ਕੁਛ ਕਿਸਾਨ ਜਥੇਬੰਦੀਆਂ ਦਿੱਲੀ ਵੱਲੋਂ ਦੁਬਾਰਾ ਬੀਜਿਆ ਆ, ਇੱਥੇ ਹੁਣ ਦੁਬਾਰਾ ਪ੍ਰੋਗਰਾਮ ਬਣ ਰਿਹਾ ਆ। ਉਸ ਰੋਸ ਵਜੋਂ ਅੱਜ ਜਿਹੜਾ ਕੱਲ੍ਹ ਟੋਲ ਪਾਸੇ ਬੰਦ ਕੀਤੇ ਗਏ ਸੀ 3 ਘੰਟੇ ਲਈ, ਅੱਜ ਇੱਥੇ ਜਿਹੜਾ ਹਾਈਵੇ 'ਤੇ ਤੁਹਾਡਾ ਦਿੱਤਾ ਗਿਆ ਹੈ। ਜੇ ਕਿਸਾਨ ਜਥੇ ਜੇ ਮੋਦੀ ਸਰਕਾਰ ਜਿਹੜੇ ਆਪਣੇ ਵਾਅਦੇ ਕੀਤੇ ਨਹੀਂ ਪੂਰੇ ਕਰਦੀ ਤੇ ਜਿਹੜੇ ਕਿਸਾਨ ਵੱਡੀ ਮਾਤਰਾ ਵਿੱਚ ਫਿਰ ਦਿੱਲੀ ਨੂੰ ਕੁਝ ਕਰਨਗੇ। ਕੱਲ ਰੋਸ ਦੇ ਵਿੱਚ ਕਿਸਾਨ ਵੱਲੋਂ ਅੱਜ ਟੋਲ ਪਲਾਜ਼ਾ ਵੀ 3 ਘੰਟੇ ਲਈ ਫ੍ਰੀ ਕੀਤਾ ਗਿਆ, ਉਹਦੇ ਵੀ ਅਸਰ ਹੋ ਰਿਹਾ? ਅਸਰ ਤਾਂ ਹੈ ਹੀ ਹੈ, ਤੁਸੀਂ ਦੇਖ ਹੀ ਰਹੇ ਆ, ਤੁਸੀਂ ਮੀਡੀਆ ਵਾਲੇ ਭਰਾਵਾਂ ਨੂੰ ਸਾਡੇ ਨਾਲ ਵੱਧ ਪਤਾ ਆ ਵੀ ਸਾਰੇ ਕੱਲ ਪੰਜਾਬ ਵਿੱਚ ਪੂਰੇ ਥਾਈ ਜਿਹੜੇ ਟੋਲ ਪਲਾਜ਼ੇ ਬੰਦ ਰਹੇ ਆ 3 ਘੰਟੇ ਲਈ ਫ੍ਰੀ ਕੀਤੇ ਗਏ ਆ। ਜਨਤਾ ਦਾ ਬੜਾ, ਲੋਕਾਂ ਦਾ ਬੜਾ ਸਾਥ ਮਿਲ ਰਿਹਾ। ਸਾਰੇ ਜਿਹੜੀਆਂ ਵੀ ਜਥੇਬੰਦੀਆਂ ਆ, ਮਜ਼ਦੂਰ ਆ, ਆਂਗਨਵਾੜੀ ਮਹਿਕਮਾ ਆ, ਹੋਰ ਵੀ ਜਿੰਨੇ ਵੀ ਕਿਸਾਨੀ ਨਾਲ ਹੱਥ ਰੱਖਦੇ ਆ, ਸਾਰੇ ਇਕੱਠੇ ਹੋ ਕੇ ਸਾਡਾ ਸਾਥ ਦੇ ਰਹੇ ਆ।